ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ, ਸ਼ਹਿਰ ਅਜਨਾਲਾ, ਤਹਿਸੀਲ ਵੀ ਅਜਨਾਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ। ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਚਾਰ ਪਸ਼ੂ ਵਿਖਾਉਣੇ ਆ। ਸੋਨਮ ਵੀਰ ਕੋ ਆਪਾਂ ਪਹੁੰਚ ਚੁੱਕੇ ਹਾਂ ਅਤੇ ਗੱਲਬਾਤ ਹੁਣ ਆਪਾਂ ਮੇਰੇ ਨਾਲ ਕਰਦੇ ਹਾਂ ਅਤੇ ਪੁੱਛਦੇ ਹਾਂ ਸਾਰੀ ਡਿਟੇਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਬੜੀ ਸਤਿ ਸ਼੍ਰੀ ਅਕਾਲ ਜੀ। ਹੋਰ ਸੁਣਾ, ਠੀਕ ਠਾਕ ਜੀ? ਠੀਕ ਠਾਕ, ਬਹੁਤ ਵਧੀਆ, ਤੁਸੀਂ ਸੁਣਾਓ? ਸਭ ਵਧੀਆ ਜੀ। ਹਾਂਜੀ, ਅਤੇ ਨਾਮ ਦੱਸਦੇ ਕਰੀ ਆਪਾਂ? ਨਾਮ ਸੋਨੂੰ, ਸ੍ਰੀ ਜਨਾਲਾ, ਜ਼ਿਲ੍ਹਾ ਅੰਮ੍ਰਿਤਸਰ। ਅਤੇ ਫੋਨ ਨੰਬਰ ਬੋਲਦੇ ਕਰੀ? 98-61-65-57-57। ਠੀਕ ਆ। ਹਾਂਜੀ, ਅਤੇ ਅੱਜ ਕਿੰਨੀਆਂ? ਦੋ ਮੱਝਾਂ ਅਤੇ ਦੋ ਹੀ ਗਾਵਾਂ? ਦੋ ਗਾਵਾਂ ਅਤੇ ਇੱਕ ਬੱਚੇ ਵਾਲੀ ਜੇ? ਹਾਂ, ਇੱਕ ਬੱਚੇ ਵਾਲੀ ਗਾਂ ਬਾਹਰਲੀ ਆ। ਅੱਛਾ, ਹਾਂ, ਮੱਝ ਦਾ ਕੱਟਾ ਆ। ਚਲੋ ਫਿਰ ਇਸੇ ਮੱਝ ਤੋਂ ਸ਼ੁਰੂ ਕਰ ਲੈਂਦੇ ਹਾਂ। ਹਾਂ, ਦੇਖ ਸਕਦੇ ਜੀ ਕਿੰਨਾ ਕੁ ਚਿਰ ਹੋਇਆ ਸੂਈ ਕੱਟਾ ਜੀ ਜਿਹੜਾ? ਤੇ ਮੌਕੇ ਤੇ ਕਿੰਨਾ ਦੁੱਧ ਤਿਆਰ? ਉਹ ਪਾਉਂਦੇ ਚਾਰ, ਪਰਸੋਂ ਦੀ ਆਈ ਮੇਰੇ ਕੋਲ। ਅੱਛਾ, ਉਹ ਚਾਰ ਚੂਰ ਪਾਉਂਦੇ ਤਾਂ ਸਾਡੇ ਕੋਲ ਤਿੰਨ ਚਾਰ ਵਾਲੇ ਪੱਠੇ ਵੀ ਘੱਟ ਖਾਂਦੀ ਹੈ ਦੋ ਵਜੇ। ਅੱਛਾ, ਹਾਂ। ਤੇ ਹੁਣ ਕਿੰਨਾ ਚਵਾ ਕੇ ਦੋਗੇ? 7 ਕਿਲੋ ਦੁੱਧ ਹੋਊਗਾ, 6:30 ਵਜੇ, 7 ਵਜੇ, 6:30 ਨਹੀਂ ਦਾ ਪੱਕਾ। ਤੇ ਮਿਲਦੀ ਦੋਵੇਂ ਟਾਈਮ ਕੱਟੇ ਤੇ ਜੀ? ਮਿਲਦੀ ਜੀ, ਕੱਟੇ ਲਾ ਕੇ ਲਾ ਦਿੰਦੇ ਮੈਂ। ਤੋਰੋ ਹਾਂ ਫਿਰ ਇੱਕ ਵਾਰੀ, ਹਾਂ, ਨਾਲੇ ਖਾਣ ਦਾ ਪਤਾ ਲੱਗ ਹੀ ਬਣਾ ਲਈ। ਠੀਕ ਹੈ, ਚਲੋ ਫਿਰ ਆਹੋ ਇੱਕ ਵਾਰੀ ਦਿਖਾ ਹੀ ਦੇਵਾਂਗੇ। ਮੌਕੇ ਦੇ ਦੁੱਧ ਜਿਹੜਾ 6.5-7 ਲੀਟਰ ਜਿਹੜਾ ਕਹਿੰਦੇ ਕਿ ਮੰਨ ਕੇ ਚੱਲੀਏ, ਦੁੱਧ ਵਧੀ ਪਰ ਚਾਰ ਭਾਜੀ ਦਾ ਚਾਰ ਤਾਂ ਪਤਾ ਕਈ ਚੀਜ਼ਾਂ ਚਾਰ ਚੂਰ ਪਾਉਂਦੇ ਆ। ਠੀਕ ਆ, ਉਹਨਾਂ ਕਈ ਦਿਨ ਪੱਠੇ ਨਹੀਂ ਖਾਂਦੇ। ਚਲ ਦਿਖਾ ਹੀ ਦੋ ਇੱਕ ਵਾਰੀ ਬੱਚਾ ਲਾ ਕੇ ਕਿ ਜਿਹੜਾ ਵਾ ਥਣ ਦਾ ਪਤਾ ਲੱਗ ਜਾਵੇ ਚੰਗੀ ਤਰ੍ਹਾਂ ਕਿ ਕਿੰਨੇ ਕੁ ਗੈਪ ਗੂਪ ਆ। ਪਸੰਦ ਕੀ ਜੀ ਵੀਰ ਜੀ? ਹਾਂ, ਦੇਖ ਸਕਦੇ ਜੀ ਇਸ ਤਰ੍ਹਾਂ ਜੇ ਥਾਣੇ ਦੇ ਚੋਰੀਏ ਮੜਿਆ ਦਿਖਾ ਦਾ ਚਵਾ ਫਿਰ। ਚੋਣ ਚ ਨਹੀਂ ਕੋਈ ਵੀ ਦਿੱਕਤ, ਅਗਲੇ ਸਾਨੂੰ ਵੀ ਦਿਖਾ ਦਾ ਵੀਰ ਜੀ, ਅਗਲੇ ਵੀ। ਹਾਂ, ਦੇਖ ਸਕਦੇ ਜੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਵਾ ਕੁਦਰਤ ਦੇ ਹੱਥ ਵਾਸਤੇ, ਕਿਸੇ ਦੇ ਗੈਪ ਜ਼ਿਆਦਾ ਪੈ ਗਿਆ ਅਤੇ ਕਿਸੇ ਦੇ ਘੱਟ ਪੈ ਗਿਆ ਵਾ। ਠੀਕ ਹੈ, ਚਲੋ ਮੁੱਲ ਦੱਸੀਏ ਵੀਰ ਜੀ। ਜਿੱਦਾਂ ਮਰਜ਼ੀ ਚੋਵਾਂਗਾ, ਭਾਵੇਂ ਅੱਗੇ ਪਿੱਛੋਂ ਚੋਈ ਜਾਓ, ਥਾਂ ਚ ਨਹੀਂ ਕਿਸੇ ਫਾਲ ਲੱਗ ਜੀ। ਠੀਕ ਹੋ ਜਾ ਸਾਰਾ ਜੀ। ਠੀਕ ਹੈ ਜੀ, ਥਾਂ ਚ ਨਾ ਫਾਲ ਲੱਗੋ, ਥਾਂ ਚ ਮਾਸਾ ਜੀ ਵਧੀਆ, ਬਸ ਥੋੜ੍ਹੀ ਵੇਸ ਨਾਲ ਜੇ ਕਰਦੀ ਮਰਜ਼ੀ। ਅਤੇ ਕੀ ਮੁੱਲ ਜੇ ਦਾ ਫਿਰ? ਮੁੱਲ ਇਹ ਦੇਣਾ ਭਾਈ 37,000 ਦੀ। 37,000 ਦੀ ਦੇ ਦੋਗੇ? ਮਿਲਦੀ ਕਿੱਦਾਂ ਜੀ? ਉਹਨਾਂ ਘਰ ਤੇ ਮਿਲੀ ਕੱਲ ਪਰਸੋਂ ਦੀ ਆਈ ਮੇਰੇ ਕੋਲ, ਕੱਲ ਉਹਨਾਂ ਘਰ ਚੋਈ ਆ। ਅੱਛਾ, ਸ਼ਾਮੀ ਦੀ ਸਵੇਰੇ ਵੀ ਉਹਨਾਂ ਘਰ ਤੇ ਪਹਾੜੇ ਦੀ ਮਿਲੀ ਆ। ਅੱਛਾ, ਸਾਡੇ ਕੋਲ ਸਵੇਰੀ ਕੱਲ ਆਇਆ ਜੀ। ਟੀਕੇ ਤੇ ਮਿਲੀ ਤੁਹਾਡੇ ਕੋਲ? ਟੀਕਾ ਲਾ ਕੇ ਜਿੱਦਾਂ ਮਰਜ਼ੀ ਬਹਿ ਜਾਓ ਥੱਲੇ। ਲਿਆ ਫਿਰ ਖੋਲੋ ਹਾਂ ਤੋਰੀ, ਹਿਲਦੀ ਤੇ ਨਹੀਂ? ਠੀਕ ਹੈ, ਨਾ ਨਾ ਲੱਤ ਨਹੀਂ ਮਾਰਦੀ ਕਿਤੇ। ਤੇ 5 ਕਿੱਲਾ ਹੈਗਾ ਪੱਕਾ ਦੁੱਧ? ਤੇ ਪਾ ਵੱਜ ਪਾ ਘਰ ਜੇ, ਪਰ 5 ਕਿੱਲੋ ਹੀ ਪੀਂਦਾ ਉਹ। ਠੀਕ ਹੈ, ਇਹ ਵੀ ਫਿਰਦਾ ਇੱਦਾਂ ਨਹੀਂ ਜਪਦੀ, ਇਹ ਸੀਲ ਦਾ। ਠੀਕ ਹੈ, ਲੱਤ ਲੁੱਤ ਲਿਆਓ, ਉੱਦਾਂ ਠੰਡੀ ਦੇ ਰਹੀ ਆ ਜਿਹੜੀ। ਉੱਦਾਂ ਇੱਕ ਗੱਲ ਹੈ, ਲੱਤ ਲੁੱਤ ਮਾਰ। ਠੀਕ ਜੀ, ਆਹੋ ਇੱਦਾਂ ਪਸੰਦ ਤਵੇ ਹੁਣ, ਪਰ ਅਸੀਂ ਦੱਸੀ ਗੱਲ ਚੰਗੀ, ਪਰ ਕਿਸੇ ਘਰ ਭਾੜੇ ਜਾ ਕੇ ਮਿਲੋ ਪਿੰਨਾਂ ਨੇ। ਹਾਂਜੀ ਹਾਂਜੀ, ਬਾਕੀ ਪਸ਼ੂ ਦਿਲ ਕਈ ਵਾਰੀ ਲਾਉਂਦਾ ਨਹੀਂ ਹੈ ਤੇ ਉਹਦਾ ਫਿਰ ਬਾਕੀ ਸੀਲ ਬਹੁਤ, ਜਿੰਨਾ ਚਿਰ ਮਰਜ਼ੀ ਥੱਲੇ ਬੈਠੇ ਰਹੋ, ਸਾਹ ਸੁੱਟ ਕੇ ਮੈਂ ਬਹਿ ਜਾਓ। ਠੀਕ ਹੈ, ਉਹਦਾ ਨਹੀਂ ਖਾਂਦੀ ਜਿਹੜੀ ਸੀਲ ਬੜੀ ਹੈ, ਲਿਆ ਬੰਨੀ ਹੈ ਫਿਰ ਇਹਨਾਂ ਨੇ, ਇੱਕ ਨੰਬਰ ਦੀ ਚਵਾ ਜੀ ਦਾ। ਠੀਕ ਹੈ, ਤੇ ਇਹਦਾ ਮੁੱਲ ਦੱਸ ਦਈਏ ਫਿਰ ਆਪਾਂ? ਇਹ ਦੇ ਦਾਂਗੇ 35,000 ਦੀ। 35,000 ਦੀ? ਹਾਂ, 34 ਦੇ ਦਾਂਗੇ ਭਾਈ। ਅੱਛਾ, 34,000 ਦੀ ਦੇ ਦਾਂਗੇ। ਪਹਿਲਾ ਸੁਭਾਏ ਸਿੰਘ ਸੁੰਗ ਸੋਹਣਾ ਲੱਗਾ ਜੀ। ਠੀਕ ਹੈ ਜੀ, ਹਾਂ ਦੇਖ ਸਕਦੇ ਚਿਹਰਾ ਇਹਦਾ ਚੰਗੀ ਤਰ੍ਹਾਂ। ਹਾਂ
ਤੇ ਹੁਣ ਆ ਗਾਂ ਬਾਰੇ ਦੱਸਿਆ ਵੀ ਜੀ ਫਿਰ ਇਹ ਗਾਂ ਦੁੱਧ 9 ਕਿਲੋ ਜੀ 9 ਕਿਲੋ ਹੈਗਾ ਪੱਕਾ ਦੁੱਧ ਦੇ ਤੇ ਭਾਈ ਮਾਰ ਕਿਉਂ ਖੜੇ ਕਿਹੜੀ ਵਸਣ ਵਾਲੀ ਆ ਠੀਕ ਆ 9 ਕਿਲੋ ਦੁੱਧ ਜੀ ਲਿਆ ਫਿਰ ਤੋੜ ਦੀ ਇਹਨਾਂ ਮੈਂ ਬਾਕੀ ਕੱਦ ਕਾਠ ਜਿਹੜਾ ਇਹ ਤਾਂ ਚੰਗਾ ਹੈ बाकी हैगी जर्सी जो दुद्ध भी जो संघना होगा तो मौके के दुद्ध जो 9 लीटर पक्का बाकी अगे अपनी ठीक है जी ते थाने दे देख सकते लागे तो मगर बछी जे बाकी थना दा साइज गैप एदा भी चंगा मिलके मैंने भी चंगी लगी है आ बछी जी ए मगर ए को किन्ना जी दुद्ध भी 8 ਕਿਲੋ ਹੋਗਾ ਪਰ ਆਪਾਂ 7.5 ਕਿਲੋ ਜਿਹੜਾ ਆਪਾਂ ਲੀਟਰ ਦਾ ਮਿਲਣਾ ਨਾ ਉਹ ਅੱਛਾ 7.5 ਠੰਡਾ ਕਰਕੇ ਮਿਲਣਾ ਠੀਕ ਆ 7.5 ਕਿਲੋ ਲਿਓ ਫਿਰ ਤੋਰੋ ਹੈ ਕਰੀ ਨੂੰ ਠੰਡੀ ਤੇਰੀ ਹੈ ਵੀ ਬੰਗੇ ਵੀ ਜਿੰਨਾ ਮਰਜ਼ੀ ਬੱਚੀ ਹੈ ਲੋ ਚੋ ਠੀਕ ਆ ਜੀ ਹਾਂ ਤੇ ਦੁੱਧ ਸੰਗਣਾ ਇਹਦਾ ਵੀ ਇਹ ਬਹੁਤ ਸੰਗਣਾ ਦੁੱਧ 8 ਕਿਲੋ ਹੋਗਾ ਪਰ ਆਪਾਂ 7.5 ਕਿਲੋ ਕਵਾਂਗੇ ਠੀਕ ਆ ਬਾਕੀ ਆ ਦੇਖ ਸਕਦੇ ਜੀ मगर भी बछी है थल में जी सफाई जी बंद है पूरी उतरा में जी सामी सुबी भी ठीक है बाकी कोई वीर इत्थे आ गया अपनी तसल्ली करके खड़े जी हां जी दोस्तों वीडियो नूं पूरा देखने लई बहुत बहुत धन्यवाद।